8 माइनस करिए तो नफी 3 आ गया, 8 8 गया 0, तो 11 * 8 गया तो कितना हो गया 3, तो 14 * 8 गया तो कितना हो गया 6। अच्छा ਹੁਣ ਅਸੀਂ ਮਲੂਮ ਕਰ ਦੋ ਕਿ ਸਾਡੇ ਕੋਲ ਫਾਰਮੂਲਾ ਕਿ ਐਫ ਤੇ ਹੁਣ ਕਿ ਐ ਸਾਡੇ ਕੋਲ ਡੀ ਆ ਗਿਆ ਤਾਂ ਅਸੀਂ ਕੀ ਮਲੂਮ ਕਰਨਾ ਹੈ ਐਫ ਡੀ ਯਾਨੀ ਐ ਜੀ ਐਫ ਆ ਜੀ ਮਤਲਬ ਕਿ ਇਹਨਾਂ ਕਿਹਨਾਂ ਦਾ ਰਹਿੰਦੇ ਵਿੱਚ ਡੀ ਆ ਜੀ ਰਕਮ 10 3 20 ਪਰ ਡੀ ਹੋ ਗਿਆ ਕੀ ਆ 13 3 ਹੈ ਹੁਣ ਇਹ ਤੋਂ ਬਾਅਦ ਕਰਿਆ 45 ਚ ਉਤਰੀ ਗਿਆ ਕਿ ਜਵਾਬ ਆ ਗਿਆ 9 45 ਦੇ ਵਿੱਚ 9 ਜਮਾ ਕਰ ਸਕਦੇ ਕਿੰਨਾ ਹੋ ਗਿਆ 51 ਠੀਕ ਹੈ ਹੁਣ ਫਾਰਮੂਲੇ ਚ ਕੀਮਤਾਂ ਦਰਜ ਕਰੋ ਏ ਵਾਲੀ ਰਕਮ ਕਿਹੜੀ ਸ਼ਾਇਦ ਉਹਨਾਂ ਦੱਸੀ 8 8 ਹੋ ਗਿਆ ਇਹ ਸਾਡੇ ਕੋਲ ਕਿੰਨਾ 51 ਬਟਾ ਕਿੰਨਾ ਹੋ ਗਿਆ 50 8 ਜਮਾ 51 ਤਕਸੀਮ 50 1.0 ਚੈੱਕ ਕਰੋ 1.0 ਤੋਂ 0.3